Welcome back to Singla Consultancy. I am David Singla, owner at Singla Consultancy. ਅੱਜ ਸਾਡੇ ਨਾਲ ਇੱਕ ਸਟੂਡੈਂਟ ਨੇਗੇ ਪੰਜਾਬ ਤੋਂ ਨੇ ਇਹ ਵਿਨਸਾ ਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚ ਪੜ੍ਹਦੇ ਨੇ ਆਪਾਂ ਜਾਣਦੇ ਇਹਨਾਂ ਤੋਂ ਕਿ ਪ੍ਰੋਸੈਸ ਕਿਵੇਂ ਰਿਹਾ ਇਹਨਾਂ ਦਾ ਅਤੇ ਇਹਨਾਂ ਦਾ ਕੀ ਰਿਵਿਊ ਹੈ ਵਿਨਸਾ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਅਤੇ ਉਹਦੇ ਹੋਸਟਲ ਦੇ ਬਾਰੇ। ਹਾਂਜੀ ਪੁਸ਼ਪਿੰਦਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਪੁਸ਼ਪਿੰਦਰ ਸਿੰਘ ਆ, ਮੈਂ ਪੰਜਾਬ ਤੋਂ ਬਟਾਲਾ ਤੋਂ, ਅਤੇ ਇੱਥੇ ਮੈਂ ਯੂਕਰੇਨੀਅਨ ਵਿਨਿਤਸਿਆ ਮੈਡੀਕਲ ਯੂਨੀਵਰਸਿਟੀ 'ਚ ਪੜ੍ਹਦਾ ਅਤੇ ਇੱਥੇ ਮੈਂ ਸਿੰਗਲਾ ਕੰਸਲਟੈਂਸੀ ਥਰੂ ਆਇਆ। ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਵੀ ਇੱਥੇ ਹੁਣ ਤੱਕ, ਮਤਲਬ ਫਲਾਈਟ ਤੋਂ ਲੈ ਕੇ ਇੱਥੇ ਪਹੁੰਚਣ ਤੱਕ ਸਭ ਵਧੀਆ ਰਿਹਾ। ਇੱਥੇ ਰਿਸੀਵ ਟੀਮ ਵੀ ਬਹੁਤ ਵਧੀਆ ਸੀ ਅਤੇ ਇੱਥੇ ਯੂਨੀਵਰਸਿਟੀ ਤਾਂ ਬਹੁਤ ਹੀ ਵਧੀਆ, ਮਤਲਬ ਕੋਈ ਪ੍ਰੋਬਲਮ ਨਹੀਂ ਯੂਨੀਵਰਸਿਟੀ ਪੜ੍ਹਦੇ ਹੋਏ। ਇੱਦਾਂ ਦੀ ਇੰਗਲਿਸ਼ ਬਹੁਤ ਵਧੀਆ, ਸਾਨੂੰ ਪ੍ਰੈਕਟੀਕਲ ਐਜੂਕੇਸ਼ਨ ਬਹੁਤ ਵਧੀਆ, ਅਤੇ ਸਾਡਾ ਹੋਸਟਲ ਜਿਹੜਾ ਉਹ ਵੀ ਬਹੁਤ ਵਧੀਆ, ਪੰਜਾਬੀ ਫੂਡ ਵੀ ਵਧੀਆ ਮਿਲਦਾ ਇੱਥੇ, ਔਰ ਬਸ ਸਭ ਕੁਛ ਵਧੀਆ ਹੀ ਹੈ ਇੱਥੇ। ਹੋਸਟਲ 'ਚ ਕੋਈ ਪ੍ਰੋਬਲਮ ਨਹੀਂ? ਹੋਸਟਲ 'ਚ ਕਦੀ ਪ੍ਰੋਬਲਮ ਨਹੀਂ ਆਈ ਮੈਨੂੰ। ਠੀਕ ਹੈ, ਯੂਨੀਵਰਸਿਟੀ 'ਚ ਐਜੂਕੇਸ਼ਨ ਬਹੁਤ, ਸਿਸਟਮ ਬਹੁਤ ਵਧੀਆ, ਮਤਲਬ ਟੋਪਿਕ ਡਿਵਾਈਡਡ ਥੋੜ੍ਹੇ ਥੋੜ੍ਹੇ ਸਮਾਲ ਪਾਰਟਸ, ਮਤਲਬ ਜਿਹੜੇ ਪੜ੍ਹਨ 'ਚ ਸਾਨੂੰ ਮੁਸ਼ਕਿਲ ਨਹੀਂ ਹੁੰਦੀ। ਇਸ ਕਰਕੇ ਆਪਾਂ ਕੈਡਾਵਰ ਦੇ ਆਸ ਪਾਸ ਮਤਲਬ 10-15 ਬੱਚੇ ਹੁੰਦੇ ਨੇ। ਮੈਡਮ ਆਪਣਾ ਰੋਜ਼ ਪ੍ਰੈਕਟੀਕਲ ਹੁੰਦਾ, ਮੈਡਮ ਇਕੱਲੇ ਇਕੱਲੇ ਬੱਚੇ ਨੂੰ ਆਪਣੇ ਪਾਸ ਬੁਲਾ ਕੇ ਕੁਐਸਚਨ ਪੁੱਟਅਪ ਕਰਦੀ ਹੈ, ਜੇ ਨਹੀਂ ਆਇਆ ਤਾਂ ਉਹਨੂੰ ਦੱਸ ਦਿੰਦੀ ਹੈ, ਅਤੇ ਨੈਕਸਟ ਟੋਪਿਕ ਲਈ ਵੀ ਥੋੜ੍ਹਾ ਬਹੁਤਾ ਦੱਸ ਦਿੰਦੀ ਹੈ, ਫਿਰ ਇੱਦਾਂ ਟੈਸਟ ਹੁੰਦਾ ਇੱਦਾਂ। ਅਤੇ ਬਹੁਤ ਵਧੀਆ ਡਿਪਾਰਟਮੈਂਟ, ਵੈਸੇ ਟੀਚਰਸ ਵੀ ਬਹੁਤ ਵਧੀਆ, ਬਹੁਤ ਕੋਪਰੇਟ ਕਰਦੇ ਨੇ ਟੀਚਰਸ। ਥੈਂਕ ਯੂ।